ਹਰਸ਼ਨ ਨਦੀਮ ਪਾਕਿਸਤਾਨ ਤੇ ਪੰਜਾਬ ਦਾ ਮਾਣ ਹੈ। ਉਸਨੇ ਅਜੇ ਵੇਲੇ ਦੇਸ਼ ਦਾ ਝੰਡਾ ਉੱਚਾ ਕੀਤਾ ਜਦ ਕਿਸੇ ਪਾਸਿਓਂ ਪਾਕਿਸਤਾਨ ਲਈ ਖੈਰ ਦੀ ਖਬਰ ਨਹੀਂ ਸੀ ਆ ਰਹੀ। ਓਲੰਪਿਕ ਮੁਕਾਬਲਿਆਂ ਵਿੱਚ ਇਕੱਲਾ ਮੈਡਲ ਤੇ ਉਹ ਵੀ ਗੋਲਡ, ਯਕੀਨੀ ਤੌਰ ਉੱਤੇ ਬੜੀ ਵੱਡੀ ਗੱਲ ਹੈ। ਇਹ ਤਮਗਾ ਜਿੱਤਣ ਵਾਲਾ ਉਹ ਪਾਕਿਸਤਾਨ ਦਾ ਪਹਿਲਾ ਐਥਲੀਟ ਹੈ ਜਿਨੇ ਆਲਮੀ ਰਿਕਾਰਡ ਵੀ ਬਣਾਇਆ। ਅਰਸ਼ਨ ਨਦੀਮ ਨੂੰ ਲੋਕਾਈ ਨੇ ਰੱਜ ਕੇ ਪਿਆਰ ਦਿੱਤਾ, ਇੰਨੀਆਂ ਮੁਹੱਬਤਾਂ ਨਿਛਾਵਰ ਕੀਤੀਆਂ ਕਿ ਅਖੀਰ ਹੋ ਗਏ। ਇਹਦੇ ਨਾਲ ਸਾਡੀਆਂ ਸਰਕਾਰਾਂ ਨੂੰ ਕਿਸੇ ਦੱਸਿਆ ਕਿ ਬੇਲੀਓ ਅਰਸ਼ਨ ਨੂੰ ਰਕਮਾਂ ਨਾਲ ਤੋਲੋਗੇ ਤਾਂ ਹੀ ਤੁਹਾਡੇ ਨੰਬਰ ਬਣਨਗੇ। ਫਿਰ ਕੀ ਵੱਡੀ ਸਰਕਾਰ ਤੇ ਕੀ ਸੂਬਾਈ ਹਕੂਮਤ, ਹਰ ਪਾਸਿਓਂ ਕੰਮ ਚੁੱਕ ਦਿੱਤਾ ਗਿਆ। ਸਰਕਾਰੀ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਗਏ, ਕਿਸੇ 10 ਤੇ ਕਿਸੇ 20 ਕਰੋੜ ਇਨਾਮ, ਗੱਡੀ ਤੇ ਹੋਰੇ ਕੀ ਕੀ ਦਾਨ ਕਰਨ ਦਾ ਐਲਾਨ ਕੀਤਾ। ਚੰਗੀ ਗੱਲ ਹੈ ਕਿ ਦੇਸ਼ ਦਾ ਮਾਣ ਬਣਨ ਵਾਲੇ ਖਿਡਾਰੀ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ, ਉਹਦਾ ਹੱਕ ਵੀ ਬਣਦਾ ਹੈ। ਪਰ ਅਸਲੋਂ ਹੋਸ਼ ਹਵਾਸ ਗਵਾ ਦੇਣਾ ਵੀ ਮੁਨਾਸਬ ਨਹੀਂ। ਅੰਨੇਵਾਹ ਇੱਕੋ ਖਿਡਾਰੀ ਉੱਤੇ ਸਾਰੀਆਂ ਮੁਹੱਬਤਾਂ ਨਿਛਾਵਰ ਕਰਕੇ ਆਉਣ ਵਾਲੇ ਵੇਲੇ ਦੇ ਅਰਸ਼ਨ ਨਦੀਮ ਨੂੰ ਭੁੱਲੇ ਰਹਿਣਾ, ਉਹਨੂੰ ਕੋਈ ਸਹੂਲਤਾਂ ਨਾ ਦੇਣਾ ਤੇ ਇਹ ਸੋਚ ਲੈਣਾ ਕਿ ਅਰਸ਼ਨ ਨਦੀਮ ਨੂੰ ਇਨਾਮ ਇਕਰਾਮ ਦੇ ਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਲਈਆਂ। ਆਪਣੇ ਆਪ ਨਾਲ ਝੂਠ ਬੋਲਣ ਵਾਲੀ ਗੱਲ ਹੈ। ਇਹ ਵੀ ਯਾਦ ਰੱਖੋ ਕਿ ਗੋਲਡ ਮੈਡਲ ਦੀ ਖੁਸ਼ੀ ਵਿੱਚ ਲੋਕਾਂ ਨੂੰ ਨਾ ਤੇ ਮਹਿੰਗਾਈ ਦਾ ਡੰਗ ਭੁੱਲਣਾ ਹੈ ਤੇ ਨਾ ਹੀ ਬਿਜਲੀ ਦੇ ਬਿੱਲਾਂ ਦਾ ਉਹ ਅਜ਼ਾਬ ਜਿਹੜਾ ਸਾਡੀਆਂ ਸਰਕਾਰਾਂ ਦੀ ਬੇਹਿੱਸੀ ਦਾ ਨਤੀਜਾ ਹੈ। ਉਹਦੇ ਤੋਂ ਕਿਸੇ ਦੀ ਜਾਨ ਛੁੱਟਣੀ ਹੈ, ਲਿਹਾਜ਼ਾ ਬਾਵਲੇ ਹੋ ਕੇ ਇੱਕੋ ਪਾਸੇ ਟੁਰਨ ਵਾਲੀ ਗੱਲ ਆਪਣੇ ਆਪ ਨੂੰ ਧੋਖਾ ਦੇਣ ਤੋਂ ਵੱਖ ਕੁਝ ਨਹੀਂ। ਮੁੰਡੇ ਨੂੰ ਇਨਾਮ ਜ਼ਰੂਰ ਦਿਓ, ਮਾਣ ਵੀ ਵਧਾਓ, ਪਰ ਥੋੜਾ ਜਿਹਾ ਉਹਨਾਂ ਮੁੰਡਿਆਂ ਲਈ ਵੀ ਰੱਖ ਲਓ ਜਿਹੜੇ ਸਰਕਾਰਾਂ ਦੀ ਨਲਾਇਕੀ ਪਾਰੋਂ ਸਲਾਹੀਅਤ ਰੱਖਣ ਦੇ ਬਾਵਜੂਦ ਕੋਈ ਮੈਡਲ ਨਹੀਂ ਜਿੱਤ ਸਕਦੇ। ਉਹਨਾਂ ਮੁੰਡਿਆਂ ਨੂੰ ਸਹੂਲਤਾਂ ਦੇਣ ਉੱਤੇ ਤਵੱਜੋ ਦਿਓ ਤਾਂ ਜੇ ਆਉਣ ਵਾਲਾ ਵੇਲਾ ਵੀ ਸਾਡੇ ਲਈ ਚੰਗੀਆਂ ਖਬਰਾਂ ਲੈ ਕੇ ਆਵੇ।